हाल ही विच लुधियाना दी पुलिस वल्लों एक हुक्म लागू किया गया जिदे विच कोई भी कमर्शियल व्हीकल सवेरे 5 बजे तो लैके रात 11 बजे तक बाजारां दे विच नहीं चल सकेगा ते जेकर कोई भी इस हुक्म की उलंघना करता है तो उसके खिलाफ कानूनी कार्रवाई अमल दे विच ल्यांदी जावेगी। आओ दिखाउंदे आं तुहानू वी इह वीडियो। ਬੀਜੀ ਸਾਰੇ ਟਰਾਂਸਪੋਰਟਰ ਵੀਰ ਦੁਕਾਨਦਾਰ ਵੀਰ ਧਿਆਨ ਦੇਣ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਜੀ ਵੱਲੋਂ ਇੱਕ ਹੁਕਮ ਲਾਗੂ ਕੀਤਾ ਗਿਆ ਕਿ ਕੋਈ ਵੀ ਕਮਰਸ਼ੀਅਲ ਵਹੀਕਲ ਢੋਟੋਆਈ ਵਾਲਾ ਵਹੀਕਲ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਡਿਵੀਜ਼ਨ 1-2-3-4 ਦਰੇਸੀ ਸਲੇਮ ਟਾਵਰੀ ਜੋਧੇਵਾਲ ਇਹਦੇ ਬਾਜ਼ਾਰਾਂ ਵਿੱਚ ਐਂਟਰ ਨਹੀਂ ਕਰੂਗਾ। ਜੋ ਵੀ ਢੋਟੋਆਈ ਹੈ ਉਹ ਰਾਤ ਦੇ ਸਮੇਂ ਕੀਤੀ ਜਾਊਗੀ। ਜੋ ਵੀ ਟੋਟੋ ਆਈ ਹੈ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤੀ ਜਾਏਗੀ। ਸਾਰੇ ਵੀਰ ਇਹਨੂੰ ਯਕੀਨੀ ਬਣਾਉਣ, ਅਗਰ ਇਸ ਹੁਕਮ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਏਗੀ। ਬਿਊਰੋ ਰਿਪੋਰਟ, ਰੰਗਲਾ ਟੀਵੀ।